ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨਜੀਤ ਸਿੰਘ ਵੀਜ਼ਾ ਵੇਵਸ ਤੋਂ। ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਦੀ ਇਨਫੋਰਮੇਸ਼ਨ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਇਸ ਟਾਈਮ ਕਰੋਨਾ ਵਾਇਰਸ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਪ੍ਰਭਾਵ ਲੈ ਕੇ ਚੱਲ ਰਿਹਾ ਹੈਗਾ। ਕਰੋਨਾ ਵਾਇਰਸ ਦੇ ਨਾਲ ਨਾਲ ਕੋਈ ਵੀ ਕਾਰੋਬਾਰ ਕਰਨ ਵਾਲਾ, ਕੋਈ ਵੀ ਜਿਹੜਾ ਇਸ ਸਾਡੀ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਜਾਂ ਕਿਸੇ ਅਦਰ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਹੈਗਾ, ਉਹ ਆਪਣੇ ਕਾਰੋਬਾਰ ਦੀ ਪ੍ਰਮੋਸ਼ਨ ਵੀ ਕਰਦਾ ਅਤੇ ਨਾਲ ਨਾਲ ਤੁਹਾਨੂੰ ਇਹ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਔਰ ਸੇਫ ਰਹੋ, ਔਰ ਆਪਣੇ ਬੱਚਿਆਂ ਨੂੰ ਔਰ ਆਪਣੇ ਬਜ਼ੁਰਗਾਂ ਨੂੰ ਬਹੁਤ ਸੇਫ ਰੱਖੋ। ਇਸ ਟਾਈਮ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਰਫ਼ਤਾਰ ਹੈਗੀ ਆ ਕਾਫੀ ਤੇਜ਼ ਆ, ਬਟ ਸਾਡਾ ਰਿਕਵਰੀ ਰੇਟ ਚੰਗਾ ਹੋਣ ਕਰਕੇ ਅਸੀਂ ਇਸ ਚੀਜ਼ ਨੂੰ ਇੰਨਾ ਫੀਲ ਨਹੀਂ ਕਰ ਰਹੇ ਕਿ ਕਰੋਨਾ ਵਾਇਰਸ ਸਾਡੇ ਵਾਸਤੇ ਹਾਨੀਕਾਰਕ ਹੈਗਾ। ਪੰਜਾਬ ਦੇ ਵਿੱਚ ਵੀ ਕਾਫੀ IPS ਆਫਿਸਰਸ ਨੂੰ ਵੀ ਕਰੋਨਾ ਵਾਇਰਸ ਦਾ ਸ਼ਿਕਾਰ ਹੋਣਾ ਪਿਆ, ਪਰ ਸਮੇਂ ਸਮੇਂ ਨਾਲ ਠੀਕ ਹੋ ਰਹੇ ਆ। ਅਤੇ ਜਿਹੜੀ ਮੇਨ ਮੁੱਦਾ ਸੀਗਾ, ਇਹ ਸਾਡੀ ਗੱਲਬਾਤ ਸਾਡੇ ਕਾਰੋਬਾਰ ਨਾਲ ਰਿਲੇਟਡ ਸੀਗੀ। ਇੱਕ ਕੰਟਰੀ ਜਿਹੜੀ ਅੱਜ ਤੋਂ ਇੱਕ ਸਾਲ ਜਾਂ 6 ਮਹੀਨੇ ਪਹਿਲਾਂ ਤੱਕ ਤੀਜੇ ਚੌਥੇ ਨੰਬਰ 'ਤੇ ਸੀਗੀ ਜਿਹਨੂੰ ਸਟੂਡੈਂਟ ਪਸੰਦ ਕਰਦੇ ਸੀ। ਨੰਬਰ 1 ਜਿਹੜੀ ਪ੍ਰੈਫਰੈਂਸ ਸਟੂਡੈਂਟ ਦੀ ਹਮੇਸ਼ਾ ਕੈਨੇਡਾ ਰਹੀ ਆ, ਨੰਬਰ 2 ਤੇ ਆਸਟ੍ਰੇਲੀਆ, ਔਰ 3 ਤੇ ਜਿਹੜਾ ਨਿਊਜ਼ੀਲੈਂਡ ਵਰਗੀਆਂ ਕੰਟਰੀਆਂ ਨੂੰ ਆਪਾਂ ਚੁਣਦੇ ਸੀਗੇ, ਔਰ 4 ਨੰਬਰ 'ਤੇ ਸੋਚਦੇ ਸੀ ਜੇ ਕੁਛ ਨਹੀਂ ਬਣਦਾ ਤਾਂ ਆਪਾਂ UK ਵੱਲ ਨੂੰ ਮੂੰਹ ਕਰ ਲੈਂਦੇ ਸੀ ਕਿ ਸ਼ਾਇਦ UK ਹੁਣ ਕੁਛ ਹੋ ਜਾਵੇ। ਤਾਂ ਆਹ ਜਿਹੜੀ ਅਪੀਲ ਆ ਉਹਨਾਂ ਸਟੂਡੈਂਟਸ ਨੂੰ ਆ ਜਿਹੜੇ ਇਸ ਟਾਈਮ UK ਨੂੰ ਕਹਿ ਰਹੇ ਆ ਕਿ UK ਅਪਲਾਈ ਨਹੀਂ ਕਰਨਾ, ਕਿਉਂਕਿ ਅਸੀਂ ਲੋਕ ਉੱਧਰ ਨੂੰ ਜ਼ਿਆਦਾ ਪ੍ਰਵਾਸ ਕਰਦੇ ਹਾਂ ਜਿੱਥੇ ਆਪਣੇ ਕੋਈ ਰਿਸ਼ਤੇਦਾਰ ਜਾਂ ਕੋਈ ਰਿਲੇਟਿਵ ਪਹਿਲਾਂ ਰਹਿ ਰਹੇ ਹੁੰਦੇ ਆ। UK ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਸਟੂਡੈਂਟ ਵੀਜ਼ੇ ਲੈ ਕੇ ਨੰਬਰ 1 'ਤੇ ਵੀ ਆ ਸਕਦਾ, ਸਟੂਡੈਂਟ ਸਭ ਤੋਂ ਵੱਧ UK ਜਾਊਗਾ। ਇਸ ਟਾਈਮ ਸਟੂਡੈਂਟ ਲਈ UK ਨੇ ਬਹੁਤ ਵਧੀਆ ਆਪਸ਼ਨਸ ਦਿੱਤੀਆਂ, VFS ਆਪਣੇ ਓਪਨ ਕਰਤੇ ਆ, ਔਰ UK ਦੀ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਬਹੁਤ ਵਧੀਆ, ਜਿਹੜੀਆਂ ਟੌਪ ਦੀਆਂ ਯੂਨੀਵਰਸਿਟੀ ਹੈਗੀਆਂ ਉਹ ਬਹੁਤ ਜਲਦੀ ਆਫਰ ਲੈਟਰ ਔਰ ਕੈਸ਼ ਜਿਹੜੇ ਹੈਗੇ ਆ ਬਹੁਤ ਜਲਦੀ ਪ੍ਰੋਵਾਈਡ ਕਰਾ ਰਹੇ ਆ, ਔਰ ਵੀਜ਼ਾ ਜਿਹੜਾ ਹੈਗਾ ਜੁਲਾਈ ਦੇ ਵਿੱਚ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਊਗਾ UK ਦਾ। ਔਰ UK ਨੇ ਜਿਹੜਾ ਪਹਿਲਾਂ 1 ਮੰਥ ਦਾ ਵੀਜ਼ਾ ਪਹਿਲਾਂ ਇੱਥੋਂ ਮਿਲਦਾ ਸੀ ਆਪਾਂ ਨੂੰ, ਬਾਕੀ ਜਦੋਂ ਆਪਾਂ ਯੂਨੀਵਰਸਿਟੀ ਜਾਂਦੇ ਸੀ ਉੱਥੇ ਜਾ ਕੇ ਕਾਰਡ ਬਣਦਾ ਸੀ, ਉਹ ਹੁਣ 3 ਮੰਥ ਦਾ VFS ਜਿਹੜਾ ਇੱਥੋਂ ਆਪਾਂ ਨੂੰ ਗ੍ਰਾਂਟ ਕਰਕੇ ਦੇਊਗੀ। ਆਪਾਂ ਗ੍ਰਾਂਟ ਜਿਹੜੀ ਲੈ ਕੇ ਜਾਵਾਂਗੇ 3 ਮੰਥ ਦੀ ਲੈ ਕੇ ਜਾਵਾਂਗੇ ਕਿ ਕਰੋਨਾ ਵਾਇਰਸ ਕਰਕੇ ਜੇ ਤੁਸੀਂ ਯੂਨੀਵਰਸਿਟੀ ਨਾਲ ਜਾ ਪਾਓ ਜਾਂ ਟਰੈਵਲਿੰਗ ਦੇ ਵਿੱਚ ਤੁਹਾਨੂੰ ਲੇਟ ਹੋ ਜਾਵੇ ਤਾਂ ਉਹ ਜਿਹੜੀ ਦਿੱਕਤ ਤੁਹਾਡੀ ਬਿਲਕੁਲ ਖਤਮ ਕਰਤੀ ਆ। ਵੈਸੇ ਤਾਂ UK ਨੇ ਆਪਦੀਆਂ ਚਾਰਟਰਡ ਫਲਾਈਟ ਜਿਹੜੀਆਂ ਹੁੰਦੀਆਂ ਸਪੈਸ਼ਲ ਫਲਾਈਟਸ ਹੈਗੀਆਂ ਜਿਹੜੀਆਂ ਉਹ ਸਟੂਡੈਂਟ ਵਾਸਤੇ ਅਰੇਂਜ ਕੀਤੀਆਂ ਕਿ ਜਦੋਂ ਹੀ ਸਟੂਡੈਂਟ ਜਾਣਾ ਚਾਹੁੰਗੇ, ਜਦੋਂ ਸਟੂਡੈਂਟ ਦੇ ਪ੍ਰੋਪਰ ਪ੍ਰੋਸੈਸਿੰਗ ਹੋ ਜਾਊਗੀ ਤਾਂ ਸਟੂਡੈਂਟ ਪ੍ਰੋਪਰ UK ਜਾ ਕੇ ਆਪਣੀ ਸਟੱਡੀ ਜਿਹੜੀ ਹੈਗੀ ਆ ਉਹਨੂੰ ਸਟਾਰਟ ਕਰੂਗਾ। ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਕਨਫਿਊਜ਼ ਆ, ਖਾਸ ਕਰਕੇ ਮਾਲਵਾ ਬੈਲਟ ਨੂੰ ਲੈ ਕੇ ਕਿ ਅਸੀਂ UK ਨਹੀਂ ਜਾਣਾ ਚਾਹੁੰਦੇ, ਅਸੀਂ ਕੈਨੇਡਾ ਆਸਟ੍ਰੇਲੀਆ ਜਾਵਾਂਗੇ। ਲੰਮਾ ਟਾਈਮ ਲੱਗ ਸਕਦਾ ਜੇ ਤੁਸੀਂ ਕੈਨੇਡਾ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ। ਜੇ ਤੁਸੀਂ UK ਇਸ ਕਰਕੇ ਨਹੀਂ ਜਾ ਰਹੇ ਕਿ ਤੁਹਾਡੇ ਏਰੀਏ ਦੇ ਲੋਕ ਨਹੀਂ ਹੈਗੇ, ਤੁਹਾਡੇ ਆਪਣੇ ਨਹੀਂ ਹੈਗੇ UK ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡਾ ਜਿਹੜਾ ਸਟੱਡੀ ਦਾ ਹੱਬ ਹੈਗਾ ਜਿੱਦਾਂ ਕੈਨੇਡਾ ਹੈਗਾ, ਉਸੇ ਤਰੀਕੇ ਨਾਲ UK ਵੀ ਬਹੁਤ ਵੱਡਾ ਹੱਬ ਜਿਹੜਾ ਸਟੱਡੀ ਦਾ ਬਣ ਰਿਹਾ। ਔਰ ਜਿਵੇਂ ਪਹਿਲਾਂ ਆਪਾਂ ਨੂੰ ਇਹ ਟੈਨਸ਼ਨ ਹੁੰਦੀ ਸੀ ਕਿ PR ਸ਼ਾਇਦ ਸਾਨੂੰ UK ਦੇ ਵਿੱਚ ਨਹੀਂ ਮਿਲੂਗੀ, ਅਤੇ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਚਾਂਸਿਸ ਹੈਗੇ ਆ ਉਹ PR ਦੇ ਵੀ ਫੁੱਲ ਬਣ ਰਹੇ ਆ UK ਦੇ ਵਿੱਚ। ਬਹੁਤ ਸੋਹਣੀ ਕੰਟਰੀ ਆ, ਬਹੁਤ ਪਹਿਲਾਂ ਤੋਂ ਹੀ ਪੰਜਾਬੀ ਜਾਂ ਇੰਡੀਅਨ ਲੋਕ ਉੱਥੇ ਜਾ ਕੇ ਰਹਿੰਦੇ ਆ, ਬਹੁਤ ਸਾਰੇ ਆਪਣੇ ਲੋਕਾਂ ਦੇ ਉੱਥੇ ਕਾਰੋਬਾਰ ਹੈਗੇ ਆ। ਇਹ ਵੀ ਨਹੀਂ ਹੈ ਕਿ UK ਤੁਹਾਡੀ ਬਿਲਕੁਲ ਡੈਡ ਪ੍ਰੋਫਾਈਲ ਨੂੰ ਲੈ ਜੂਗਾ। UK ਜੇ ਤੁਸੀਂ ਜਾਣਾ ਚਾਹੁੰਦੇ ਹੋ, ਜੇ ਤੁਸੀਂ +2 ਕੀਤੀ ਆ, ਤੁਹਾਡੇ ਈਚ 5.5 ਹੈਗੇ ਆ ਬੈਂਡ ਆਈਲੈਟਸ ਦੇ ਵਿੱਚੋਂ, ਜਾਂ ਤੁਹਾਡੇ ਨੰਬਰ ਜਿਹੜੇ ਹੈਗੇ ਆ 70% ਤੋਂ ਉੱਪਰ ਆ, ਉਹੀ ਪ੍ਰੋਫਾਈਲਾਂ ਐਕਸੈਪਟ ਕਰ ਰਿਹਾ। ਇਹ ਨਹੀਂ ਹੈਗਾ ਕਿ ਕੋਈ ਵੀ ਸਟੂਡੈਂਟ UK ਚਲਾ ਜਾਊਗਾ, 30%, 40% ਜਾਂ 50% ਤੱਕ ਤੁਸੀਂ UK ਚਲੇ ਜਾਓਗੇ। ਅਸੀਂ ਜਾਂ ਹੋਰ ਵਧੀਆ ਲੋਕ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਪਤਾ ਕਿ ਵੀਜ਼ਾ ਜਿਹੜਾ ਹੈਗਾ ਜਾਂ ਤਾਂ ਤੁਹਾਡੇ ਇੰਗਲਿਸ਼ ਦੇ ਵਿੱਚੋਂ 60% ਤੋਂ ਉੱਪਰ ਨੰਬਰ ਚਾਹੀਦੇ ਆ, ਜਾਂ ਈਚ 5.5 ਸਕੋਰ ਚਾਹੀਦੇ ਆ। ਜੇ ਤੁਸੀਂ ਗ੍ਰੈਜੂਏਟ ਹੋ ਤਾਂ ਫਿਰ ਵੀ ਤੁਹਾਡੀ ਜਿਹੜੀ ਪਰਸੈਂਟੇਜ ਹੈਗੀ ਆ ਬਹੁਤ ਸੋਹਣੀ ਚਾਹੀਦੀ ਆ। ਐਜੂਕੇਟ ਔਰ ਬਹੁਤ ਵਧੀਆ ਸਟੂਡੈਂਟਸ ਨੂੰ UK ਐਕਸੈਪਟ ਕਰਦਾ। ਤੁਸੀਂ ਜੇ ਆਈਲੈਟਸ ਨਹੀਂ ਕਰ ਪਾਏ ਤਾਂ ਫਿਰ ਤੁਹਾਡੇ ਜੇ ਪਰਸੈਂਟੇਜ ਚੰਗੀ ਆ ਫਿਰ ਤੁਸੀਂ UK ਜਾ ਸਕਦੇ ਹੋ। ਇਹ ਨਹੀਂ ਹੈ ਕਿ ਹਰ ਤਰ੍ਹਾਂ ਦੀ ਪ੍ਰੋਫਾਈਲ ਨੂੰ UK ਐਕਸੈਪਟ ਕਰ ਰਿਹਾ। ਬਹੁਤ ਚੰਗੀ ਕੰਟਰੀ ਆ। ਤੁਸੀਂ UK ਬਾਰੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰਕੇ ਲੈ ਸਕਦੇ ਹੋ।
क्योंकि बाकी जिहड़ी प्रोसैसिंग आ वो थोड़ी लंबी हो सकती है दूसरी कंट्रियां दी, क्योंकि प्रॉब्लम जिहड़ी हैगी आ वो काफ़ी ज़्यादा बढ़ रही है। बट इस टाइम तो एक ही ऑप्शन आ, यूके स्टूडेंट वीज़ा तुसी अप्लाई कर सकते हो। तो वीज़ा वेव्स तो डॉक्यूमेंट भेज के व्हाट्सएप ते असैसमेंट लै सकते हो कि तुहाडा काम बनूगा यूके दा स्टूडेंट वीज़ा जां नहीं बनूगा। और तुसी मैनू कॉल करके भी इनफॉर्मेशन लै सकते हो। और किसी भी तरह की जिहड़ी पेमेंट हैगी आ, कोई भी तुहाडे तो एडवांस पेमेंट नहीं लई जाऊगी, तुहाडे तो सारी ही पेमेंट जिहड़ी हैगी आ आफ्टर वीज़ा ही लई जाऊगी। और टॉप दी यूनिवर्सिटी दे कैश और ऑफर लैटर तुहानू इशू किए जाणगे। सत श्री अकाल जी।